ਨੌਜਵਾਨਾਂ ਵਿੱਚ ਮਰਦਾਨਾ ਕਮਜ਼ੋਰੀ ਆਉਣ ਦੇ ਕਾਰਨ ਕੀ ਆ? ਕਿਉਂ ਹੋ ਰਹੀ ਏ ਮਰਦਾਨਾ ਕਮਜ਼ੋਰੀ? ਕਿਉਂ ਹੋ ਰਹੀ ਏ ਸਰੀਰ ਨੂੰ ਥਕਾਵਟ? ਚੰਗਾ ਖਾਂਦੇ ਦੇ ਚੰਗਾ ਸਭ ਕੁਝ ਮਿਲਦਾ ਏ ਫਿਰ ਵੀ ਕਿਉਂ ਹੋ ਰਹੀ ਏ ਥਕਾਵਟ? ਕਿਉਂ ਹੋ ਰਹੀ ਏ ਮਰਦਾਨਾ ਕਮਜ਼ੋਰੀ? ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰਾ ਅੱਡੇ ਉੱਤੇ ਆਪਣੀ ਸ਼ਾਪ ਹੈ। ਇਹ ਮਰਦਾਨਾ ਕਮਜ਼ੋਰੀ ਜੋ ਸਰੀਰ ਵਿੱਚ ਆ ਰਹੀ ਏ ਜੋ ਵੀਕਨੈਸ ਆ ਰਹੀ ਏ ਜੋ ਥਕਾਵਟ ਆ ਰਹੀ ਏ ਇਹਦਾ ਕਾਰਨ ਕੀ ਆ ਸਭ ਤੋਂ ਵੱਡਾ ਕਾਰਨ ਇਹਦਾ ਹੈ ਹੱਥ ਰਸੀ ਜਿੰਨਾ ਲੋਕਾਂ ਨੇ ਹੱਥ ਰਸੀ ਕਰ ਕਰਕੇ ਆਪਣੇ ਸਰੀਰ ਦੀ ਡੰਡ ਲਾ ਲਈ ਆ ਆਪਣੀ ਜੋ ਨਸਾਂ ਨੇ ਕਮਜ਼ੋਰ ਕਰ ਲੀਆਂ ਨੇ ਜੋ ਆਪਣਾ ਵੀਰ ਜੇ ਬਿਲਕੁਲ ਵੇਸਟ ਕਰ ਲਿਆ ਚਿਪਚਿਪਾ ਪਾਣੀ ਉਹ ਲੱਪਿਆ ਚਿਪਚਿਪਾ ਪਾਣੀ ਆਉਂਦਾ ਸਭ ਤੋਂ ਵੱਡਾ ਕਾਰਨ ਹੈ ਵੀਰਜ ਦਾ ਪਤਲਾ ਹੋਣਾ ਤੇ ਵੀਰਜ ਪਤਲਾ ਕਾਦੇ ਨਾਲ ਹੋਏਗਾ ਹੱਥ ਰੱਸੀ ਕਰਨ ਨਾਲ ਜੋ ਲੋਕ ਜਿਆਦਾ ਹੱਥ ਰੱਸੀ ਕਰਦੇ ਨੇ ਉਹਦੇ ਨਾਲ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਵੀਰਜ ਪਤਲਾ ਹੋ ਜਾਂਦਾ ਏ ਜਿੱਦੇ ਕਰਕੇ ਚਿਪਚਿਪਾ ਪਾਣੀ ਆਉਣ ਲੱਗ ਪੈਂਦਾ ਥੋੜੀ ਜੀ ਗੱਲ ਸੋਚਦੇ ਰੇ ਦਿਮਾਗ ਦੇ ਵਿੱਚ ਉਸੇ ਟਾਈਮ ਤੇ ਚਿਪਚਿਪਾ ਪਾਣੀ ਆਉਣ ਲੱਗ ਪੈਂਦਾ ਅੱਗੋਂ ਗਿੱਲਾ ਹੋ ਜਾਂਦਾ ਏ ਜਦੋਂ ਅੰਦਰ ਆਪਣੇ ਵੀਰਜ ਜਿੱਟੇਗਾ ਨਹੀਂ ਤਾਂ ਫਿਰ ਸ਼ਿਹਾਰੀ ਕਿੱਥੋਂ ਆਏਗੀ ਜੋ ਟਾਈਮਿੰਗ ਹੈ ਉਹ ਕਿੱਥੋਂ ਬਣੇਗੀ ਤੜ ਕਿੱਥੋਂ ਬਣੇਗੀ ਤਾਕਤ ਕਿੱਥੋਂ ਰਹੇਗੀ ਕਿਉਂਕਿ ਵੀਰਜ ਦਾ ਮਰਦਾਨਾ ਕਮਜ਼ੋਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਭ ਤੋਂ ਵੱਡਾ ਹਾਥੀ ਵੀਰਜ ਦਾ ਹੈ ਵੀਰਜ ਜਿੰਨਾ ਜ਼ਿਆਦਾ ਹੋਏਗਾ ਜਿੰਨਾ ਵਧੀਆ ਹੋਏਗਾ ਜਿੰਨਾ ਗਾੜਾ ਹੋਏਗਾ ਉਹਨਾਂ ਸਰੀਰ ਵਿੱਚ ਤਾਕਤ ਹੋਏਗੀ ਮਰਦਾਨਾ ਜੋ ਤਾਕਤੇ ਬਰਕਰਾਰ ਰਹੇਗੀ ਦੂਸਰੇ ਨੰਬਰ ਤੇ ਹੈ ਆਪਣਾ ਖਾਣ ਪੀਣ ਕਦੀ ਸੋਚਿਆ ਨੌਜਵਾਨ ਖਾਂਦੇ ਕੀ ਆ 버ਗਰ ਟਿੱਕੀਆਂ ਨਿਊਡਲ ਫਾਸਟ ਫੂਡ ਤੇ ਜੋ ਖਾਓਗੇ ਫਿਰ ਉਹੀ ਬਾਹਰ ਆਏਗਾ ਕਿਉਂਕਿ ਜੋ ਆਪਾਂ ਖਾਵਾਂਗੇ ਉਹ ਸਰੀਰ ਵਿੱਚੋਂ ਬਾਹਰ ਆਉਣਾ ਹੈ ਦੇਸੀ ਖਾਵਾਂਗੇ ਤਾਂ ਵੀਰਜ ਬਣੇਗਾ ਵੀਰਜ ਗਾੜਾ ਹੋਏਗਾ ਛੋਲੇ ਭੂਜੇ ਖਾਓਗੇ ਵੀਰਜ ਬਣੇਗਾ ਵੀਰਜ ਗਾੜਾ ਹੋਏਗਾ ਬਦਾਮਾਂ ਦੇ ਗਿਰੀਆਂ ਖਾਓਗੇ ਤਾਕਤ ਵਾਲੀਆਂ ਚੀਜ਼ਾਂ ਖਾਓਗੇ ਤਾਂ ਵੀਰਜ ਬਣੇਗਾ ਫਾਸਟ ਫੂਡ ਖਾਓਗੇ 버거 ਖਾਓਗੇ ਤਾਂ ਫਿਰ ਅੰਦਰੋਂ ਚਟਨੀਆਂ ਬਾਹਰ ਆਉਣੀਆਂ ਵਾ ਵੀਰਜ ਤੇ ਬਾਹਰ ਆਉਣ ਨਿਕਲਣ ਰਿਆ ਕਿਉਂਕਿ ਸੌਸ ਖਾਓਗੇ ਤੇ ਚਟਨੀ ਬਾਹਰ ਆਵਗੀ ਅੰਦਰੋਂ ਤੇ ਦੇਸੀ ਘਿਓ ਖਾਓਗੇ ਤਾਂ ਵੀਰਜ ਬਣੇਗਾ ਦੇਸੀ ਘਿਓ ਵਾਂਗੂ ਬਾਹਰ ਆਏਗਾ ਇਸ ਕਰਕੇ ਕਦੀ ਵੀ ਗਲਤ ਚੀਜ਼ਾਂ ਨਾ ਖਾਓ ਫਾਸਟ ਫੂਡ ਇਹਨਾਂ ਨਾ ਖਾਇਆ ਕਰੋ ਤਲਿਆ ਘੱਟ ਖਾਇਆ ਕਰੋ ਜੋ ਤੁਹਾਡੇ ਅੰਦਰ ਵੀਕਨੈਸ ਆਉਣ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਫਾਸਟ ਫੂਡ ਜੋ ਗਲਤ ਖਾਣਾ ਖਾਂਦੇ ਦੇ ਇਸ ਵੀਡੀਓ ਉੱਤੇ ਅਮਲ ਕਰਿਓ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਨੂੰ ਪਤਾ ਲੱਗੇ ਕਿ ਮਰਦਾਨਾ ਕਮਜ਼ੋਰੀਆਂ ਆਉਂਦੇ ਕਾਰਨ ਕੀ ਨੇ ਕਿਉਂ ਆਉਂਦੀ ਮਰਦਾਨਾ ਕਮਜ਼ੋਰੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਮੇਰੀ ਨਵੀਆਂ ਵੀਡੀਓ ਦੇ ਵੇਖਣ ਵਾਸਤੇ ਧੰਨਵਾਦ ਦੋਸਤੋ